ਸਾਥੀਓ, ਸਭ ਤੋਂ ਪਹਿਲਾਂ ਤਾਂ ਮੈਂ ਜੈ ਭੀਮ ਜੈ ਭਾਰਤ ਦੱਸਦਾ ਵਾਂ। ਮੈਂ ਸਤੀਸ਼ ਕੁਮਾਰ ਨਾਹਰ, ਪਾਰਟੀ ਨਾਮ ਭਾਰਤੀ ਜਨਤਾ ਪਾਰਟੀ। ਜੇ ਅੱਜ ਦਾ ਜੋ ਇਹ ਰੋਸ ਮੁਜ਼ਾਹਰਾ ਵਾ, ਉਹ ਇਸ ਕਰਕੇ ਕੀਤਾ ਜਾ ਰਿਹਾ ਕਿ ਉੱਤਰਾਖੰਡ ਦੇ ਵਿੱਚ ਇੱਕ ਜੈ ਮਿਸ਼ਰਾ ਨਾਮ ਦਾ ਕੁੱਤਾ ਬੰਦਾ ਵਾ, ਜਿਸ ਬੰਦੇ ਨੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਨੂੰ ਪਾੜ ਕੇ ਉਹਨੂੰ ਅੱਗ ਲਗਾ ਕੇ ਉਹਦੀ ਬਹੁਤ ਬੇਇੱਜ਼ਤੀ ਕੀਤੀ ਆ, ਜਿਸ ਦੇ ਸੰਬੰਧ ਵਿੱਚ ਐੱਫ ਆਈ ਨੰਬਰ 90 ਨੰਬਰ ਸ੍ਰੀ ਰਾਮ ਅਖਬਾਰ ਦਰਜ ਹੋ ਗਈ ਆ। ਸਾਡੀ ਅਸੀਂ ਸਾਡੇ ਮੰਗ ਆ ਕਿ ਐੱਫ ਆਈ ਖਾਜਾ ਕਾਜਾ ਦਰਜ ਲਾਏ ਜੇ। ਅਸੀਂ ਜਿਹੜਾ ਜੋ ਮੰਗ ਪੱਤਰ ਦੇਣ ਜਾ ਰਹੇ ਹਾਂ, ਉਹਦੀ ਦੱਸਿਆ ਵਾ ਉਸ ਬੰਦੇ ਨੂੰ ਉੱਥੇ ਉੱਤਰਾਖੰਡ 'ਚ ਅਰੈਸਟ ਪੈ ਗਈ ਆ। ਇੱਥੋਂ ਪ੍ਰੋਡਕਸ਼ਨ ਬਣਤੇ ਇੱਕ ਟੀਮ ਬਣਾ ਕੇ ਪ੍ਰੋਡਕਸ਼ਨ ਬਣਤੇ ਉੱਥੇ ਲਿਆ ਕੇ ਉਹਦੀ ਇੱਥੇ ਅਰੈਸਟ ਪਾਈ ਜਾਵੇ। ਅਗਰ ਜੇਕਰ ਇਹ ਅਰੈਸਟ ਨਹੀਂ ਪੈਂਦੀ ਤਾਂ ਸਾਡੀ ਪਾਰਟੀ ਵੱਲੋਂ ਪੂਰੇ ਪੰਜਾਬ ਪੱਧਰ ਦੇ ਰੋਡ ਜਾਮ ਕੀਤੇ ਜਾਣਗੇ। ਇੰਨੇ ਕਹਿੰਦੇ ਖਿਮਾ ਜੱਜਗਾ। ਜੈ ਭੀਮ ਜੈ ਭਾਰਤ। ਜਨਤਾ ਪਾਰਟੀ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ, ਜਿਹਦੇ ਵਿੱਚ ਮਿਸ਼ਰਾ ਜੋ ਉੱਤਰਾਖੰਡ ਦਾ ਜਿਹਨਾਂ ਡਾਕਟਰ ਅੰਬੇਦਕਰ ਦੀ ਫੋਟੋ ਦੀ ਬੇਅਦਬੀ ਕੀਤੀ ਆ, ਜਿਹਦੇ ਪਰਚਾ ਦਰਜ ਉੱਥੇ ਵੀ ਹੋ ਗਿਆ ਅਤੇ 90 ਨੰਬਰ ਫਿਰ ਫੁਆੜੇ ਵੀ ਹੋ ਗਏ ਆ। ਇਹਨਾਂ ਵੱਲੋਂ ਪੁਰਜ਼ੋਰ ਮੰਗਿਆ ਉਹਦੀ ਇੱਥੇ ਫੁਆੜੇ ਲਿਆ ਕੇ ਵੀ ਅਰੈਸਟ ਪਾਈ ਜਾਵੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਿਹੜੀ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਵੀ ਇਹ ਕੰਮ ਬਿਲਕੁਲ ਜਲਦੀ ਔਰ ਸਹੀ ਹੋਊਗਾ ਜੀ।